ਸਤਿ ਸ਼੍ਰੀ ਅਕਾਲ ਦੋਸਤੋ, ਕੋਈ ਕਿਸੇ 'ਤੇ ਯਕੀਨ ਕੀ ਕਰੂਗਾ, ਇਹ ਵੀਡੀਓ ਦੇਖ ਕੇ ਤੁਸੀਂ ਸਮਝ ਜਾਓਗੇ। ਇਹ ਵੀਡੀਓ ਮੋਹਾਲੀ ਦਾ, 5 ਫੇਸ ਦੇ ਇੱਕ ਰੈਸਟੋਰੈਂਟ ਦਾ ਹੈਗਾ। ਹੁਣ ਆਮ ਤੌਰ 'ਤੇ ਅਸੀਂ ਕਈ ਵਾਰ ਕਿਤੇ ਵੀ ਜਾਂਦੇ ਹਾਂ ਤਾਂ ਕੋਈ ਨਾ ਕੋਈ ਸਮਾਨ ਕਈ ਵਾਰ ਭੁੱਲ ਜਾਂਦੇ ਹਾਂ, ਚੇਤੇ ਗੱਲ ਨਿਕਲ ਜਾਂਦੀ ਆ, ਬੰਦਾ ਗੱਲੀ ਬਾਤੀ ਲੱਗਿਆ ਹੁੰਦਾ ਜਾਂ ਕੋਈ ਦਿਮਾਗ 'ਤੇ 100 ਟੈਨਸ਼ਨਾਂ ਹੁੰਦੀਆਂ ਨੇਗੀਆਂ। ਖੈਰ, ਪਰ ਇਹ ਜਿਹੜੇ ਵੀਡੀਓ ਆਇਆ, ਇਸ ਵੀਡੀਓ ਨੇ ਜੇ ਕਿਹਾ ਜਾਵੇ ਸ਼ਰਮਸਾਰ ਕਰਿਆ ਉਸ ਯਕੀਨ ਨੂੰ, ਜਿਹੜਾ ਸ਼ਾਇਦ ਬਾਹਰ ਦਾ ਤਾਂ ਪਤਾ ਨਹੀਂ ਪਰ ਖੈਰ ਸਾਡੇ ਪੰਜਾਬ 'ਚ ਤਾਂ ਦੇਖਿਆ ਜਾਵੇ ਅੱਖਾਂ ਬੰਦ ਕਰਕੇ ਤੁਸੀਂ ਇੰਨੀ ਚੀਜ਼ ਤਾਂ ਸਮਝ ਸਕਦੇ ਹੋ ਵੀ ਯਾਰ ਜੇਕਰ ਤੁਹਾਡੇ ਨਾਲ ਕੋਈ ਗਲਤ ਹੋ ਰਿਹਾ ਤਾਂ ਲੋਕ ਤੁਹਾਡੀ ਮਦਦ ਦੇ ਵਾਸਤੇ ਅੱਗੇ ਆਉਣਗੇ। ਅਤੇ ਇਹ ਵੀਡੀਓ ਜਿਹੜਾ ਇਹ ਕੋਈ ਅਜਿਹਾ ਹੀ ਕੁਛ ਦਰਸਾਉਂਦਾ ਹੈਗਾ। 5 ਫੇਸ ਦੇ ਇੱਕ ਰੈਸਟੋਰੈਂਟ ਦਾ ਇਹ ਵੀਡੀਓ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕੋਈ ਖਾਸ ਹਲਚਲ ਜੀ ਨਹੀਂ ਦਿਖ ਰਹੀ, ਇੱਕ ਮੁੰਡਾ, ਇੱਕ ਬੈਗ ਹੈ ਜਿਹੜਾ ਉਹ ਚੱਕ ਕੇ ਲਿਜਾਂਦਾ, ਨਾਲ ਉਹਦੇ ਇੱਕ ਲੇਡੀਜ਼ ਵੀ ਆ। ਪਰ ਖੇਡ ਸਾਰੀ ਇੱਥੇ ਹੀ ਹੋ ਗਈ ਕਿਉਂਕਿ ਇੱਕ ਪਰਿਵਾਰ ਕਹਿ ਲਓ, ਜੋੜਾ ਕਹਿ ਲਓ, ਉਹ ਸ਼ੋਪਿੰਗ ਕਰਦੇ ਨੇ। ਸ਼ੋਪਿੰਗ ਕਰਕੇ ਜਿਵੇਂ ਆਮ ਤੌਰ 'ਤੇ ਸਾਡੀ ਇੱਕ ਬਣਿਆ ਹੋਇਆ ਹੈਗਾ ਸਿਸਟਮ, ਜਾਂ ਕਈ ਆਦਤ ਬਣ ਜਾਂਦੀ ਆ ਵੀ ਅਸੀਂ ਆਪਦਾ ਮੋਬਾਈਲ, ਪਾਰਸ ਵਗੈਰਾ ਉਹੀ ਬੈਗ 'ਚ ਪਾ ਲੈਂਦੇ ਹਾਂ ਵੀ ਚਲੋ ਇਹ ਤਾਂ ਹੁਣ ਲਿਜਾਣਾ ਹੀ ਹੈਗਾ। ਹੁਣ ਇਸੇ ਤਰ੍ਹਾਂ ਦੇ ਨਾਲ ਇਹਨਾਂ ਨੂੰ ਖਾਣ ਪੀਣ ਵਾਸਤੇ 5 ਫੇਸ ਦੇ ਰੈਸਟੋਰੈਂਟ 'ਚ ਰੁਕ ਗਏ, ਅਤੇ ਉਦੋਂ ਬਾਅਦ ਹੋਇਆ ਕਿ ਜਦੋਂ ਇਹ ਰੈਸਟੋਰੈਂਟ 'ਚ ਬੈਠਦੇ ਨੇ ਤਾਂ ਆਪਦਾ ਖਾਣਾ ਪੀਣਾ ਕੰਪਲੀਟ ਕਰਨ ਤੋਂ ਬਾਅਦ ਉੱਥੋਂ ਉੱਠ ਕੇ ਚਲੇ ਜਾਂਦੇ ਨੇਗੇ। ਇਹਨਾਂ ਦੇ ਥੋੜ੍ਹੀ ਜਿਹੀ ਦੂਰ 7 ਫੇਸ ਜਦੋਂ ਤੱਕ ਪਹੁੰਚ ਜਾਂਦੇ ਨੇ, ਇਹਨਾਂ ਨੂੰ ਯਾਦ ਆਉਂਦਾ ਵੀ ਸਾਡਾ ਬੈਗ ਤਾਂ ਉੱਥੇ ਰਹਿ ਗਿਆ। ਦੁਬਾਰੇ ਫਿਰ ਰੈਸਟੋਰੈਂਟ ਪਹੁੰਚ ਜਾਂਦੇ ਨੇ। ਰੈਸਟੋਰੈਂਟ ਦੇ ਕੋਲ ਜਾ ਕੇ ਜਦੋਂ ਪੁੱਛਦੇ ਨੇ ਉਹਨਾਂ ਨੂੰ ਵੀ ਸਾਡਾ ਬੈਗ ਸੀਗਾ ਉਰੇ ਰਹਿ ਗਿਆ, ਤਾਂ ਉਹ ਹੋਟਲ ਵਾਲੇ ਕਹਿੰਦੇ ਭਾਈ ਉਰੇ ਤਾਂ ਕੋਈ ਨਹੀਂ ਹੈਗਾ ਬੈਗ ਬੁੱਗ, ਖਾਲੀ ਸੀ, ਮੇਜ਼ ਵੀ ਖਾਲੀ ਸੀ। ਉਹ ਕਹਿੰਦੇ, ਉਹਨੇ ਆਪਦੇ ਵਾਈਫ ਨੂੰ ਪੁੱਛਿਆ, ਕਹਿੰਦੇ ਵੀ ਤੂੰ ਤਾਂ ਨਹੀਂ ਕਿਤੇ ਭੁੱਲ ਕੇ ਲੈ ਗਈ ਨਾਲ, ਵੀ ਹੋ ਸਕਦਾ ਕਿਤੇ ਬਾਹਰ ਗਿਰ ਗਿਆ ਹੋਵੇ। ਉਹ ਕਹਿੰਦੀ ਵੀ ਨਹੀਂ, ਮੈਂ ਚੱਕਿਆ ਨਹੀਂ ਹੈਗਾ। ਉਹ ਕਹਿੰਦੇ ਚਲੋ, CCTV ਲੱਗੀ ਹੁੰਦੇ ਨੇ ਹਰੇਕ ਥਾਂ 'ਤੇ, ਇਹਨਾਂ ਬੰਦਿਆਂ ਦੀ ਤੁਸੀਂ ਕਰਤੂਤ ਦੇਖੋ ਵੀ। ਇਹਨਾਂ ਨੂੰ ਇਹ ਵੀ ਇਲਮ ਨਹੀਂ ਹੈਗਾ ਵੀ CCTV ਲੱਗਿਆ ਯਾਰ, ਅੱਜ ਕੱਲ੍ਹ ਹਰੇਕ ਥਾਂ 'ਤੇ ਲੱਗੇ ਹੋਏ ਨੇ, ਤੁਸੀਂ ਕਿਉਂ ਕੱਲ੍ਹ ਨੂੰ ਜਲੂਸ ਕਢਾਓਗੇ। ਚਲੋ ਖੈਰ, ਜਦੋਂ CCTV ਦੇਖਿਆ ਤਾਂ ਫਿਰ ਆਹ ਵੀਡੀਓ ਮਿਲਿਆ। ਇਹ ਬਾਈ ਜੀ ਨਾਲ ਮੇਰੀ ਗੱਲ ਵੀ ਹੋਈ ਫੋਨ 'ਤੇ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿਉਂਕਿ ਆਮ ਤੌਰ 'ਤੇ ਕਈ ਵਾਰ ਫੇਕ ਵੀਡੀਓ ਤੁਰੇ ਫਿਰਦੇ ਨੇ ਹੁੰਦੇ ਨੇ ਜਾਂ ਫਿਰ ਪੁਰਾਣੇ ਤੁਰੇ ਫਿਰਦੇ ਹੁੰਦੇ ਨੇ, ਬਹੁਤ ਬਹੁਤ ਟਾਈਮ ਹੋ ਜਾਂਦਾ। ਇਹ ਕਹਿੰਦੇ ਬਾਈ ਜੀ ਤਾਜ਼ਾ ਵੀਡੀਓ ਆ, ਅਤੇ ਵੀਡੀਓ ਦੇ ਵਿੱਚ ਦਿਖ ਰਹੇ ਜਿਹੜੇ ਇਨਸਾਨ ਨੇ ਇਹ ਸਾਡੇ ਪਿੱਛੇ ਬੈਠੇ ਖਾਣਾ ਖਾ ਰਹੇ ਸੀਗੇ। ਅਤੇ ਆਮ ਤੌਰ 'ਤੇ ਪਤਾ ਹੁੰਦਾ ਆਪਾਂ ਨੂੰ ਇੱਧਰ ਉੱਧਰ ਜਾਂ ਨਿਗਾਹ ਵੱਜਦੇ ਹਾਂ। ਕਹਿੰਦੇ ਜਦੋਂ ਅਸੀਂ ਵੱਗ ਗਏ, ਸਾਡੇ ਪਿੱਛੋਂ ਇਹਨਾਂ ਨੇ ਬੈਗ ਚੱਕ ਲਿਆ, ਬੈਗ ਦੇ ਵਿੱਚ ਪਰਸ ਸੀਗਾ, ਡਾਕੂਮੈਂਟ ਸੀਗੇ, ਕੀਮਤੀ ਸਮਾਨ ਸੀਗਾ, ਤਾਂ ਕਹਿੰਦੇ ਇਹ ਚੱਕ ਕੇ ਲੈ ਗਏ ਨੇ। ਹਾਲਾਂਕਿ ਉਦੋਂ ਬਾਅਦ 'ਚ ਇਹਨਾਂ ਨੇ ਔਰਡਰ ਦੇ ਆਪਦੀ ਔਨਲਾਈਨ ਪੇਮੈਂਟ ਵੀ ਕਰੀ ਆ, ਦਲੇਰੀ ਦੇਖੋ ਤੁਸੀਂ ਬੰਦਿਆਂ ਦੀ। ਹੁਣ ਇਹਨਾਂ ਸਾਰੀਆਂ ਦੇ ਵਿੱਚ ਜੇ ਦੇਖਿਆ ਜਾਵੇ, ਚਲੋ ਇਹ ਤਾਂ ਗੱਲ ਹੈਗੀ ਆ, ਬੰਦਿਆਂ ਦਾ ਪਤਾ ਵੀ ਲੱਗ ਜੂਗਾ, ਵੀਡੀਓ ਤੁਸੀਂ ਲੋਕ ਸ਼ੇਅਰ ਕਰ ਦੋਗੇ, ਵੱਧੋ ਵੱਧ ਪਤਾ ਲੱਗ ਜੂਗਾ ਵੀ ਇਹ ਕੌਣ ਨੇ। ਪਰ ਗੱਲ ਇਹ ਆ ਵੀ ਅਸੀਂ ਆਮ ਤੌਰ 'ਤੇ ਸਮਾਨ ਭੁੱਲ ਜਾਂਦੇ ਹਾਂ ਕਈ ਥਾਵਾਂ ਦੇ ਉੱਤੇ, ਅਤੇ ਲੋਕ ਸਾਨੂੰ ਸਗੋਂ ਫੋਨ ਕਰ ਦੱਸਦੇ ਨੇ ਜਾਂ ਉੱਥੇ ਪੁੱਛਦੇ ਨੇ ਵੀ ਯਾਰ ਕਿਹਦਾ ਰਹਿ ਗਿਆ ਹੈਗਾ। ਪਰ ਉਰੇ ਹਾਲਾਤ ਉਲਟੇ ਸੀ, ਇਹਨਾਂ ਨੇ ਚੱਕਿਆ ਪਰਸ, ਆ ਜਾ ਕਹੀਏ ਬੈਗ ਜਿਹਾ ਚੱਕਿਆ, ਬੈਗ ਦੇ ਵਿੱਚ ਜਿਹੜਾ ਸਮਾਨ ਸੀ ਦੇਖ ਹੀ ਲਿਆ, ਉਹ ਦੇਖ ਵੀ ਰਿਹਾ ਖੋਲ੍ਹ ਕੇ ਜੇ, ਅਤੇ ਉਦੋਂ ਬਾਅਦ ਲੈ ਗਏ ਨੇਗੇ। ਹੁਣ ਇਹ ਸਾਰੀ ਚੀਜ਼ ਨੂੰ ਦੇਖ ਕੇ ਹੋਏ ਇੱਕ ਚੀਜ਼ ਇਨਸਾਨੀਅਤ ਸ਼ਰਮਸਾਰ ਇਹ ਹੁੰਦੀ ਆ ਵੀ ਚਲੋ ਇਹ ਠੀਕ ਹੈ ਵੀ ਅੱਜ ਵੀ ਸਾਡੇ ਉਰੇ ਜੇ ਕਹੀਏ ਪੂਰਾ ਸਿਸਟਮ, ਸਾਰੇ ਲੋਕ ਇਮਾਨਦਾਰ ਨਹੀਂ ਹੈਗੇ, ਪਰ ਮੈਕਸੀਮਮ ਆਬਾਦੀ ਤਾਂ ਹੈਗੀ ਆ ਸਾਡੇ ਇਮਾਨਦਾਰਾਂ ਦੀ। ਉਹਦੇ ਵਿੱਚ ਅਜਿਹੇ ਲੋਕ ਤੁਹਾਨੂੰ ਕਿੱਥੇ ਟੱਕਰ ਜਾਣੇ, ਸਾਡੇ ਵਾਸਤੇ ਇੱਕ ਇਗਜ਼ਾਮਪਲ ਵੀ ਆ। ਵੀਡੀਓ ਬਣਾਉਣ ਦਾ ਮੰਤਵ ਨਾਲ ਇਹ ਵੀ ਆ ਵੀ ਅਸੀਂ ਇੱਕ ਚੀਜ਼ ਹੁਣ ਦੇਖੀਏ, ਥੋੜ੍ਹਾ ਜਿਹਾ ਆਪ ਹੀ ਗੌਰ ਕਰ ਲਿਆ ਕਰੀਏ, ਕਿਉਂਕਿ ਜ਼ਿਆਦਾ ਤਾਂ ਹਾਲਾਤ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਵਿਗੜੇ ਦਿਖਾਈ ਦਿੰਦੇ ਆ। ਕੱਲ੍ਹ ਨੂੰ ਐਵੇਂ ਕਿਸੇ ਦਾ ਨੁਕਸਾਨ ਹੋਵੇ, ਉਦੋਂ ਚੰਗਾ ਇਹ ਆ ਕਿ ਅਸੀਂ ਆਪ ਥੋੜ੍ਹੀ ਜਿਹੀ ਗੌਰ ਰੱਖੀਏ ਅਤੇ ਅਜਿਹੀ ਗੱਲ ਹੋਵੇ ਨਾ। ਖੈਰ, ਤੁਸੀਂ ਵੀ ਜੇ ਦੇਖਿਓ, ਜੇ ਕਿਸੇ ਨੂੰ ਪਤਾ ਲੱਗਦਾ ਵੀ ਬਾਈ ਇਹ ਕੌਣ ਹੈ, ਉਹਨੂੰ ਕਦੇ ਭਾਈ ਸਮਾਨ ਮੋੜ ਦੇ ਅਗਲੇ ਦਾ, ਅਤੇ ਉਹਦੇ ਵਿੱਚ ਜ਼ਰੂਰੀ ਅਗਲੇ ਦੇ ਜਿਵੇਂ ਡਾਕੂਮੈਂਟ ਹੀ ਜ਼ਿਆਦਾ ਖੈਰ ਜ਼ਰੂਰੀ ਹੁੰਦੇ ਨੇ, ਪੈਸੇ ਟਕੇ ਦਾ ਤਾਂ ਖੈਰ ਅੱਜ ਕੱਲ੍ਹ ਅਗਲਾ ਔਨਲਾਈਨ ਰੱਖਦਾ ਵੀ ਹੈ ਨਹੀਂ ਇੰਨਾ ਔਨਲਾਈਨ ਕਰਕੇ। ਪਰ ਇਸ ਚੀਜ਼ਾਂ ਤੋਂ ਸਮਝਣ ਦੀ ਲੋੜ ਹੈ ਵੀ ਅਸੀਂ ਇੰਨੀ ਵੀ ਆਪਦੀ ਇਨਸਾਨੀਅਤ ਨਾ ਮਾਰੀਏ, ਅਸੀਂ ਧਿਆਨ ਰੱਖੀਏ ਇਹ ਚੀਜ਼ਾਂ ਦਾ ਕਿ ਜੇਕਰ ਕੋਈ ਬੰਦਾ ਭੁੱਲ ਗਿਆ ਉਸ ਚੀਜ਼ ਦਾ ਫਾਇਦਾ ਨਾ ਚੱਕੀਏ।